ਬਾਬਾ ਜੀ ਦੀ ਪਿਆਰੀ ਸਤਿਕਾਰਯੋਗ ਸੰਗਤ ਜੀ, ਰਾਧਾ ਸਵਾਮੀ। ਅੱਜ ਅਸੀਂ ਲੋਕਲ ਸਤਸੰਗ ਵੀਰਵਾਰ ਦਾ ਜੋ ਪਾਠੀ ਜੀ ਨੇ ਕੀਤਾ ਉਹਦਾ ਮੰਥਨ ਕਰਾਂਗੇ। ਸਤਸੰਗ ਦਾ ਸਾਰ ਆਪਣੇ ਜੀਵਨ ਦੇ ਵਿੱਚ ਧਾਰਨ ਕਰਾਂਗੇ। ਸਤਸੰਗ ਦੇ ਵਿੱਚ ਪਾਠੀ ਜੀ ਨੇ ਇੱਕ ਲਾਈਨ ਲਈ ਸੀ। ਉਹਨਾਂ ਨੇ ਕਿਹਾ ਸੀਗਾ ਕਿ ਜੇਕਰ ਸਾਡੇ ਹੱਥ ਵਿੱਚ ਪਾਈ ਹੋਈ ਸੋਨੇ ਦੀ ਮੁੰਦਰੀ ਕਿਸੇ ਗਟਰ ਵਿੱਚ ਵੀ ਜੇ ਗਿਰ ਜਾਵੇ ਤੇ ਤਾਂ ਵੀ ਅਸੀਂ ਗਟਰ ਦੇ ਵਿੱਚ ਹੱਥ ਪਾ ਕੇ ਸੋਨੇ ਦੀ ਜੋ ਅੰਗੂਠੀ ਹੈ ਉਹਨੂੰ ਕੱਢ ਕੇ ਉਹਨੂੰ ਫਿਰ ਧੋ ਕੇ ਚਮਕਾ ਕੇ ਆਪਣੀ ਉਂਗਲ ਵਿੱਚ ਪਾਉਂਦੇ ਹਾਂ, ਕਿਉਂਕਿ ਸਾਨੂੰ ਉਹਦੀ ਵੈਲਿਊ ਪਤਾ ਹੈ ਕਿ ਇਹ ਸੋਨਾ ਹੈ। ਇਸੇ ਤਰ੍ਹਾਂ ਪਾਠੀ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਭਜਨ ਸਿਮਰਾ ਪਾਰਸ ਹੈ, ਪਾਰਸ ਸੋਨੇ ਤੋਂ ਵੀ ਉੱਪਰ। ਜੇ ਕਿਸੇ ਲੋਹੇ ਨੂੰ ਛੂ ਦਿਓ ਤਾਂ ਉਹ ਵੀ ਸੋਨਾ ਬਣ ਜਾਵੇ ਤਾਂ ਅਸੀਂ ਉਹਦੀ ਕਦਰ ਹੀ ਨਹੀਂ ਕਰਦੇ। ਉਹਨਾਂ ਨੇ ਕਿਹਾ ਕਿ ਭਜਨ ਸਿਮਰਨ ਪਾਰਸ ਹੈ, ਪਾਰਸ ਇੱਕ ਵਿਸ਼ਵਾਸ ਦੀ ਲੋੜ ਹੈ। ਜਿਸ ਤਰ੍ਹਾਂ ਸਾਨੂੰ ਵਿਸ਼ਵਾਸ ਹੈ ਕਿ ਇਹ ਅੰਗੂਠੀ ਸੋਨੇ ਦੀ ਹੈ, ਇਸੇ ਤਰ੍ਹਾਂ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਭਜਨ ਸਿਮਰਨ ਪਾਰਸ ਹੈ, ਤਾਂ ਜਾ ਕੇ ਸਾਨੂੰ ਉਹਦੀ ਵੈਲਿਊ ਪਤਾ ਲੱਗੇਗੀ। ਬਾਬਾ ਜੀ ਦੀ ਪਿਆਰੀ ਸਤਿਕਾਰਯੋਗ ਸੰਗਤ ਜੀ, ਇਸੇ ਤਰ੍ਹਾਂ ਇੱਕ ਸਤਸੰਗੀ ਨੇ ਬਾਬਾ ਜੀ ਨੂੰ ਕੁਐਸਚਨ ਕੀਤਾ ਸੀ ਕਿ ਸੇਵਾ ਦਾ ਕੀ ਫਲ ਮਿਲੇਗਾ, ਅਤੇ ਬਾਬਾ ਜੀ ਨੇ ਬੜੇ ਪਿਆਰ ਨਾਲ ਸਮਝਾਇਆ ਸੀ ਕਿ ਜੇਕਰ ਮੈਂ ਸੇਵਾ ਦਾ ਫਲ ਦੱਸ ਦੇਵਾਂ ਤਾਂ ਸੇਵਾਦਾਰ ਕਦੀ ਸੇਵਾ ਹੀ ਨਾ ਛੱਡ ਕੇ ਜਾਣ। ਇਸ ਤਰ੍ਹਾਂ ਦੇ ਜਿਹੜੇ ਪਿਆਰੇ ਪਿਆਰੇ ਸਤਸੰਗ ਹਨ, ਇਹਨਾਂ ਦੇ ਵਿੱਚੋਂ ਬਾਬਾ ਜੀ ਦੇ ਵਚਨਾਂ ਨੂੰ ਕੱਢ ਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਹੈ। ਬਾਬਾ ਜੀ ਦੀ ਪਿਆਰੀ ਸਤਿਕਾਰਯੋਗ ਸੰਗਤ ਜੀ, ਇਹ ਬਾਬਾ ਜੀ ਦੇ ਵਚਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੰਗਤ ਤੱਕ ਸ਼ੇਅਰ ਕਰਨਾ ਹੈ ਅਤੇ ਆਪਣੀ ਡਿਜੀਟਲ ਸੇਵਾ ਨੂੰ ਪੂਰਾ ਕਰਨਾ ਹੈ। ਬਾਬਾ ਜੀ ਦੀ ਪਿਆਰੀ ਸਤਿਕਾਰਯੋਗ ਸੰਗਤ ਜੀ, ਰਾਧਾ ਸਵਾਮੀ।